ਮਾਰਨਿੰਗ ਭਾਅ ਜੀ, ਕੀ ਹਾਲ ਚਾਲ ਹੈ? ਠੀਕ ਹੈ ਜੀ। ਅੱਛਾ ਭਾਅ ਜੀ, ਇਹ ਦੱਸੋ ਇਹ ਜੇਸੀਬੀ ਜਿਹੜਾ ਹੈ ਆ, ਇਹਦੇ ਵਾਸਤੇ ਲਾਇਸੈਂਸ ਕਿਹੜਾ ਚਾਹੀਦਾ ਆ? ਇਨਸ਼ਾਹੀਆ ਚਾਹੀਦਾ ਜੀ। ਇਨਸ਼ਾਹੀਆ ਚਾਹੀਦਾ, ਉਹ ਵੀ ਇਹ ਲਾਇਸੈਂਸ ਆ? ਹਾਂਜੀ। ਅੱਛਾ ਭਾਅ ਜੀ, ਇਹ ਦੱਸੋ ਅਗਰ ਕੋਈ ਨਵਾਂ ਬੰਦਾ ਹੁੰਦਾ ਆ, ਉਹਨੂੰ ਸਿੱਖਣ ਦੇ ਵਿੱਚ ਕਿੰਨੇ ਮਹੀਨੇ ਲੱਗ ਜਾਂਦੇ ਆ ਇਹਨੂੰ? ਸਿੱਖਣ ਦੇ ਵਿੱਚ ਜੇ ਤਾਂ ਬੰਦੇ ਦਾ ਦਿਮਾਗ ਹੋਣਾ ਚਾਹੀਦਾ ਜੀ। ਅੱਛਾ ਜੀ। ਠੀਕ ਹੈ। ਅਤੇ ਅੱਛਾ ਭਾਅ ਜੀ, ਇੱਕ ਮੈਨੂੰ ਹੋਰ ਦੱਸੋ ਤੁਸੀਂ ਕਿ ਇਹਦੇ ਵਿੱਚ ਸੈਲਰੀ ਜਿਹੜੀ ਆ ਕਿੱਥੋਂ ਤੋਂ ਸ਼ੁਰੂ ਹੋ ਜਾਂਦੀ ਆ ਔਰ ਕਿੱਥੇ ਤੱਕ ਜਾਂਦੀ ਸੈਲਰੀ ਜਿਹੜੀ ਆ? ਅੱਛਾ, ਕਿਸੇ ਨੂੰ 150, ਇਸ ਤੋਂ ਉੱਤੇ ਵੀ ਦਿੰਦੀ ਆ? ਠੀਕ ਹੈ ਜੀ। ਅੱਛਾ, ਅਤੇ ਭਾਅ ਜੀ ਇਹ ਜਿਹੜਾ ਫਰਾਈਡੇ ਹੈ ਆ, ਜੁਮਾ ਜਿਹੜਾ ਆ, ਉਹ ਔਫ ਰਹਿੰਦਾ ਆ? ਅੱਛਾ, ਅਗਰ ਕੰਮ ਹੋਵੇ ਤਾਂ ਫਿਰ ਉਹਦੀ ਮਿਲਦੇ ਆ ਪੈਸੇ ਓਵਰ ਟਾਈਮ ਜਿਹੜਾ ਆ? ਅੱਛਾ ਜੀ। ਅਤੇ 8 ਘੰਟੇ ਡਿਊਟੀ ਰਹਿੰਦੀ ਆ? ਹਾਂਜੀ। ਠੀਕ ਹੈ। ਅਤੇ ਇਹਦੇ ਵਿੱਚ ਭਾਅ ਜੀ ਜਿਹੜੀ ਅਕੋਮੋਡੇਸ਼ਨ ਆ, ਰਿਹਾਇਸ਼ ਜਿਹੜੀ ਆ, ਉਹ ਕੰਪਨੀ ਦਿੰਦੀ ਆ ਰਿਹਾਇਸ਼? ਅੱਛਾ। ਅਤੇ ਖਾਣ ਪੀਣ ਦਾ ਜਿਹੜਾ ਫੂਡ ਦਾ ਹੈਗਾ ਜੀ, ਉਹ ਵੀ ਕੰਪਨੀ ਦਿੰਦੀ ਆ? ਠੀਕ ਹੈ। ਅਤੇ ਭਾਅ ਜੀ ਕਿੰਨੀ ਦੇਰ ਹੋ ਗਈ ਆ ਤੁਹਾਨੂੰ ਕੁਵੈਤ ਦੇ ਵਿੱਚ? 7 ਸਾਲ ਹੋ ਗਏ। ਅੱਛਾ ਜੀ, ਠੀਕ ਹੈ ਜੀ, ਬਹੁਤ ਬਹੁਤ ਮਿਹਰਬਾਨੀ ਜੀ, ਬਹੁਤ ਸ਼ੁਕਰੀਆ ਤੁਹਾਡਾ। ਹਾਂਜੀ, ਅਤੇ ਰੱਬ ਰਾਖਾ ਫਿਰ ਭਾਅ ਜੀ। ਹਾਂਜੀ, ਕਰੋ ਤੁਸੀਂ ਕੰਮ ਆਪਣਾ। ਹਾਂਜੀ,
इंशाल्लाह अगली वीडियो में फिर आपसे मुलाकात होगी। अपना ख्याल रखिए और ज़्यादा से ज़्यादा अल्लाह का ज़िक्र कीजिए, क्योंकि दिलों को इत्मीनान जो है वो अल्लाह के ज़िक्र से ही है। अल्लाह हाफिज़।